ਮਾਲਵਾ ਬੈਟ ਲਾਈਕ ਦੇਖ ਰਹੇ ਮੇਰੇ ਸਾਰੇ ਵੀਰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਇਦਾਂ ਹੀ ਮੇਰੇ ਪੇਜ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਰਹੋ ਮੇਰੇ ਵੀਰੋ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਖਬਰ ਲੈ ਕੇ ਆਇਆ ਮੇਰੇ ਵੀਰੋ ਸੋ ਖਬਰ ਇਦਾਂ ਹੈ ਕਿ 98% ਪ੍ਰੋਬਬਲੀ ਹੁਣ ਚਾਂਸਸ ਹੈਗੇ ਕਿ ਜੋ ਕਿ ਯੂਨੀਵਰਸਿਟੀ ਤੇ ਕਾਲਜੇਸ ਦੇ ਬੱਚਿਆਂ ਦੇ ਪੇਪਰ ਆਨਲਾਈਨ ਮੋਡ ਵਿੱਚ ਹੋਣਗੇ ਸੋ ਇੱਕ ਇੱਕ ਕਰਕੇ ਤੁਹਾਨੂੰ ਕਾਰਨ ਦੱਸਦਾ ਉਹ ਕੀ ਹੋਣਗੇ ਤਾਂ ਕਿ ਤੁਹਾਡੇ ਆਨਲਾਈਨ ਮੋਡ ਚ ਕਰਾਏ ਜਾਣ ਇਸ ਦਾ ਪਹਿਲਾ ਕਾਰਨ ਇਹ ਹੈ ਜੀ ਯੂਨੀਵਰਸਿਟੀਆਂ ਦੇ ਅਸਿਸਟੈਂਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਤੇ ਉਹਨਾਂ ਦੇ ਨਾਲ ਜੋ ਸਟੂਡੈਂਟਸ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਦੂਸਰੇ ਪਾਸੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਹਨ ਉਹਨਾਂ ਦੇ ਟੀਚਰ ਆਪਣੀ ਨੌਕਰੀਆਂ ਨੂੰ ਲੈ ਕੇ ਪ੍ਰੋਟੈਸਟ ਤੇ ਉਤਰ ਰਹੇ ਹਨ ਜਿਸ ਕਰਕੇ ਸਟ੍ਰਾਈਕ ਦਿਨ ਵ ਦਿਨ ਵੱਧਦੀ ਜਾ ਰਹੀ ਹੈ ਤੇ ਟਾਈਮ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਹਾਡੇ ਆਨਲਾਈਨ ਮੂਡ ਵਿੱਚ ਹੀ ਐਗਜ਼ਾਮ ਹੋਣਗੇ ਤੇ 98% ਚਾਂਸਿਸ ਹੈਗੇ ਐ ਬਾਕੀ 2% ਤੁਹਾਡੀ ਕਿਸਮਤ ਤੇ ਐ ਸੋ ਮੇਰੇ ਵੀਰੋ ਦੂਜੀ ਗੱਲ ਇਹ ਐ ਕਿ ਤੁਸੀਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਰਾਹੀਂ ਸਰਕਾਰ ਅੱਗੇ ਜਾਂ ਯੂਨੀਵਰਸਿਟੀਆਂ ਦੀ ਮੇਨ ਵੈਬਸਾਈਟਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਹਨ ਜਿਵੇਂ ਕਿ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਆਪਣੇ ਮੈਸੇਜ ਪਾਓ ਤਾਂ ਕਿ ਤੁਹਾਡੇ ਆਨਲਾਈਨ ਮੂਡ ਰਹੀ ਐਗਜ਼ਾਮ ਲیتے ਜਾਣ ਵਾਦ ਤੋਂ ਵਾਦ ਸਟੂਡੈਂਟ ਉਥੇ ਮੰਗ ਰੱਖੋ ਕਿ ਸਾਡੇ ਐਗਜ਼ਾਮ ਆਨਲਾਈਨ ਮੂਡ ਵਿੱਚ ਹੀ ਕਰਾਏ ਜਾਣ ਕਿਉਂਕਿ ਆਪਣੀ ਤਿਆਰੀ ਬਿਲਕੁਲ ਨਹੀਂ ਹੈ ਤੇ ਤੀਜੀ ਗੱਲ ਇਹ ਹੈ ਕਿ ਟੀਚਰਜ਼ ਜੋ ਕਿ ਕਹਿ ਰਹੇ ਹਨ ਕਿ ਵਕੇਸ਼ਨਸ ਵਿంటర్ ਵਕੇਸ਼ਨਸ ਦੇ ਵਿੱਚ ਉਹ ਆਪਣੀਆਂ ਛੁੱਟੀਆਂ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਆਨਲਾਈਨ ਮੂਡ ਵਿੱਚ ਹੀ ਐਗਜ਼ਾਮ ਕਰਾਏ ਜਾਣ ਤੇ ਜਨਵਰੀ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਜਾਵੇਗਾ ਜਿਸ ਕਰਕੇ ਆਫਲਾਈਨ ਮੂਡ ਵਿੱਚ ਐਗਜ਼ਾਮ ਲੈਣਾ ਮੁਸ਼ਕਿਲ ਹੋਵੇਗਾ ਉਹਨਾਂ ਲਈ ਆਨਲਾਈਨ ਮੂਡ ਹੀ ਇੱਕ ਸੋਰਸ ਰਹਿ ਜਾਵੇਗਾ ਤਾਂ ਕਿ ਜਲਦੀ ਤੋਂ ਜਲਦੀ ਐਗਜ਼ਾਮ ਲੈ ਕੇ ਬੱਚਿਆਂ ਨੂੰ ਅਗਲੇ ਸੈਮੈਸਟਰ ਵਿੱਚ ਭੇਜਿਆ ਜਾਵੇ ਤੇ ਰਿਜ਼ਲਟ ਕੱਢਿਆ ਜਾਵੇ ਸੋ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਾਂ ਨੂੰ 98% ਚਾਂਸਸ ਆਨਲਾਈਨ ਮੂਡ ਦੇ ਹੀ ਨੇ ਤੇ ਬਾਕੀ ਮੇਰੇ ਵੀਰੋ ਤੁਸੀਂ ਦਿਨ ਰਾਤ ਮਿਹਨਤ ਕਰੋ ਕਿਉਂਕਿ ਨੋਲਿਜ ਅੱਗੇ ਜਾ ਕੇ ਤੁਹਾਨੂੰ ਕੰਮ ਆਣੀ ਹੈ ਜ਼ਰੂਰੀ ਨਹੀਂ ਕਿ ਪੇਪਰ ਔਨਲਾਈਨ ਹੈ ਕਿ ਆਫਲਾਈਨ ਹੈ ਤੁਹਾਡਾ ਫਿਊਚਰ ਨੋਲਿਜ ਨੇ ਬਣਾਣਾ ਹੈ ਜੇ ਅਗਰ ਕੋਈ ਯੂਨੀਵਰਸਿਟੀ ਵੱਲੋਂ ਆਫੀਸ਼ੀਅਲੀ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਤਾਂ ਤੁਹਾਨੂੰ ਸਾਡੇ ਪੇਜ ਤੇ ਅੱਗੇ ਵੇਖਣ ਨੂੰ ਮਿਲੇਗੀ ਸੋ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਬਾਕੀ ਦੀਆਂ ਗੱਲਾਂ ਤੁਹਾਨੂੰ ਜੀਐਨਡੀਯੂ ਰਿਲੇਟਡ ਜੋ ਵੀ ਆਏਗੀ ਇਨਫੋਰਮੇਸ਼ਨ ਕਿਉਂਕਿ ਉਹਨਾਂ ਨੂੰ ਵੀ ਹੋ ਰਿਹਾ ਹੈ ਕਿ ਸਾਡੇ ਐਗਜ਼ਾਮ ਆਨਲਾਈਨ ਹੋਣੇ ਆ ਜਾਂ ਆਫਲਾਈਨ ਹੋਣੇ ਆ ਉਹ ਤੁਹਾਨੂੰ ਨੈਕਸਟ ਵੀਡੀਓ ਵਿੱਚ ਜਲਦ ਹੀ ਦੱਸਾਂਗੇ ਕਿਉਂਕਿ ਮੇਰੇ ਅਕੋਰਡਿੰਗ ਪਿਛਲੇ ਸਾਲ ਵੀ ਜੀਐਨਡੀਯੂ ਦੇ ਜੋ ਐਗਜ਼ਾਮ ਸੀ ਆਫਲਾਈਨ ਮੋਡ ਵਿੱਚ ਹੀ ਹੋਏ ਸੀ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਇਹਨਾਂ ਦੇ ਵੀ ਆਨਲਾਈਨ ਮੋਡ ਵਿੱਚ ਹੋ ਸਕਦੇ ਆ ਆਫੀਸ਼ੀਅਲੀ ਜੋ ਵੀ ਜਾਣਕਾਰੀ ਤੁਹਾਨੂੰ ਆਏਗੀ ਜਲਦੀ ਤੋਂ ਜਲਦੀ ਇਸ ਚੈਨਲ ਤੇ ਪ੍ਰੋਵਾਈਡ ਹੋਵੇਗੀ ਸੋ ਸਾਰੇ ਮੇਰੇ ਵੀ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਲੈਵਨ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸ਼ਸ਼ਿਕਾ ਥੈਂਕ ਯੂ